ਸਤ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਰਹੇ ਹਾਂ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਮਾਰਗਡ ਕਬੱਡੀ ਦੇ ਬਾਰੇ ਵਿੱਚ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਿ ਪਹਿਲਾਂ ਜਿਹਦਾ ਮੁੱਲ ਸੀ ਕੌਡੀ ਖਾਂਦੀ ਸੀ ਜੋ ਠੇਡੇ ਹੁਣ ਤਾਂ ਜੋ ਵੀ ਖੇਡੇ ਮਿੱਤਰੋ ਪੌਂਡਾਂ ਦੇ ਵਿੱਚ ਖੇਡੇ ਹਾ ਕੰਬਾਲੀਆ ਫੜ ਲਈ ਹੈ ਰਫ਼ਤਾਰ ਕਬੱਡੀ ਨੇ ਆ ਪਿੰਡਾਂ ਵਾਲੇ ਮੁੰਡੇ ਬਣਾਤੇ ਸਟਾਰ ਕਬੱਡੀ ਨੇ ਆ ਪਿੰਡਾਂ ਵਾਲੇ ਮੁੰਡੇ ਬਣਾਤੇ ਸਟਾਰ ਕਬੱਡੀ ਨੇ ਸੋ ਦੋਸਤੋ ਸਾਡੇ ਮਾਂਖੇਡ ਕਬੱਡੀ ਦੇ ਖਿਡਾਰੀਆਂ ਨੂੰ ਪੌਂਡਾਂ ਦੇ ਵਿੱਚ ਪਹੁੰਚਾਉਣ ਵਾਲੇ ਦੇਸ਼ ਵਿਦੇਸ਼ ਦੇ ਵਿੱਚ ਲਿਜਾਣ ਵਾਲੇ ਮਾਨ ਸਤਕਾਰ ਸਾਡੀ ਮਾਂ ਖੇਡ ਕਬੱਡੀ ਨੂੰ ਦਪਾਉਣ ਵਾਲੇ ਸਾਡੇ ਖੇਡ ਪ੍ਰਮੋਟਰਾਂ ਦਾ ਜੇ ਗੱਲ ਕਰੀਏ ਤਾਂ ਬਹੁਤ ਹੀ ਵੱਡਾ ਯੋਗਦਾਨ ਹੈ ਸੋ ਉਹਨਾਂ ਪ੍ਰਮੋਟਰਾਂ ਦੇ ਵਿੱਚ ਉਹ ਹੀ ਇੱਕ ਨਾਮ ਹੈ ਸਰਦਾਰ ਮੋਹਨ ਸਿੰਘ ਜੀ ਕੰਦੋਲਾ ਜੋ ਕਿ 2016 ਤੇ 17 ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਐਸਪੋਰਟਸ ਐਂਡ ਕਲਚਰਲ ਕਲੱਬ ਯੂਕੇ ਦੇ ਪ੍ਰਧਾਨ ਵੀ ਰਹੇ ਨੇ ਤੇ ਹੋਰ ਵੀ ਬੜੀਆਂ ਮੱਲਾ ਮਾਰੀਆਂ ਨੇ ਬੜੀ ਵੱਡੀ ਦੇਣ ਹੈ ਮਾਖੇੜ ਕਬੱਡੀ ਨੂੰ ਕੰਦੂਲਾ ਸਾਹਿਬ ਦੀ ਆਓ ਫਿਰ ਆਪਾਂ ਕਰਦੇ ਹਾਂ ਸਵਾਗਤ ਹਾਂਜੀ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਸ੍ਰੀ ਵਾਹਿਗੁਰੂ ਦਾ ਖਾਲਸਾ ਸ੍ਰੀ ਵਹਿਗੁਰੂ ਅਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹਾਂ ਕਿ ਚੜ੍ਹਦੀ ਕਲਾ ਚ ਰਹੇ ਤੇ ਕੀ ਠੀਕ ਹੈ ਵੀ ਤੁਸੀਂ ਮੇਰਾ ਇੰਟਰਵਿਊ ਲਈ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ ਜੀ ਸੋ ਸਰ ਆਪਾਂ ਗੱਲਾਂ ਬਾਤਾਂ ਕਰੀਏ ਤੁਹਾਡੀ ਜ਼ਿੰਦਗੀ ਦੀ ਅਤੇ ਸ਼ੁਰੂਆਤ ਕਰਦੇ ਹਾਂ ਤੁਹਾਡੇ ਜਨਮ ਤੋਂ ਤੁਹਾਡਾ ਜਨਮ ਕਦੋਂ ਹੋਇਆ ਸੀ ਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸੋ ਜੀ ਮੇਰਾ ਜਨਮ 15 6 9446 ਨੂੰ ਹੋਇਆ ਜੀ ਤੇ ਮੈਂ ਛੋਪੇਲਾ ਸਕੂਲ ਗਿਆ 10ਵੀਂ ਚ ਕੱਟ ਗਿਆ ਸੀ ਹੂੰ ਉਸ ਤੋਂ ਬਾਅਦ ਮੈਂ ਯੂਕੇ ਚਲੇ ਗਿਆ ਜੀ ਕਿ ਮੇਰਾ ਫਾਦਰ ਗਿਆ ਤੇ ਫੈਮਿਲੀ ਚਲੇ ਗਈ ਬ੍ਰਦਰ ਚਲੇ ਗਿਆ ਸਿਸਟਰ ਚਲੇ ਗਿਆ ਕਦੋਂ ਗਏ ਸੀ ਯੂਕੇ ਤੁਸੀਂ ਇਹ 69 ਇੰਚ ਜੀ ਤੇ ਫਿਰ ਉੱਥੇ ਜਾ ਕੇ ਕਿੰਨਾ ਜਿਹੜਾ ਤੁਹਾਨੂੰ ਸੰਘਰਸ਼ ਕਰਨਾ ਪਿਆ ਜੀ ਉੱਥੇ ਜਾ ਕੇ ਮੈਂ 6 ਸਾਲ ਕੰਮ ਕੀਤਾ ਉਸ ਤੋਂ ਬਾਅਦ ਸੇ ਬਿਜ਼ਨਸ ਵਿੱਚ ਪੈ ਗਿਆ ਜੀ ਤੇ ਹੁਣ ਤੱਕ ਲਾਈਫ ਵਿੱਚ ਬਿਜ਼ਨਸ ਵਿੱਚ ਹੀ ਹਾਂ ਜੀ ਸੋ ਆਪਾਂ ਗੱਲ ਕਰੀਏ ਇੱਥੇ ਤੁਹਾਡੀ ਕਬੱਡੀ ਦੀ ਕਿਉਂਕਿ ਖੇਡ ਪ੍ਰਮੋਟਰਾਂ ਦੇ ਵਿੱਚ ਬੜਾ ਮਾਣ ਦੇ ਨਾਲ ਜਿਹੜਾ ਤੁਹਾਡਾ ਨਾਂ ਲਿਆ ਜਾਂਦਾ ਕੰਦੋਲਾ ਸਾਹਿਬ ਸੋ ਤੁਹਾਡੀ ਆਪਣੀ ਕਬੱਡੀ ਦੀ ਗੱਲ ਕਰੀਏ ਤਾਂ ਤੁਸੀਂ ਕਬੱਡੀ ਖੇਢੀ ਆਈ ਪਹਿਲਾਂ ਜਦੋਂ ਅਸੀਂ ਇੱਥੇ ਪੜ੍ਹਦੇ ਸੀਗੇ ਤੇ ਉਦੋਂ ਜੋ ਪਿੰਡਾਂ 'ਚ ਖੇਲਦੇ ਸੀ ਕਿ ਇੱਥੇ ਉਦੋਂ ਕੋਈ ਟੂਰਨਾਮੈਂਟ ਨਹੀਂ ਹੁੰਦੇ ਜਦੋਂ ਕਿ ਅਸੀਂ ਖੇਲਦੇ ਸੀ ਪਿੰਡਾਂ ਦੇ ਹੁੰਦਾ ਸੀ ਲਾਗਲੇ ਪਿੰਡਾਂ ਦੇ ਸਾਲਰਾਂ 'ਚ ਇਕੱਠੇ ਹੋ ਕੇ ਖੇਡ ਲਾਉ ਤੇ ਉਦਾਂ ਜਦੋਂ ਤਾਂ ਇੱਕ ਮੈਚ ਹੁੰਦੇ ਸੀ ਅੱਜ ਜੋ ਕਬੱਡੀ ਹੈ ਉਹ ਬਹੁਤ ਡਿਫਰੈਂਸ ਹੈ ਹਾਂਜੀ ਅੱਜ ਇਹ ਦੁਨੀਆ 'ਚ ਇਹਦਾ ਨਾਂ ਹੈ ਉਦੋਂ ਤੱਕ ਕਬੱਡੀ ਦਾ ਨਾਂ ਹੀ ਨਹੀਂ ਸੀ ਬਿਲਕੁਲ ਜੀ ਕਿ ਉਦੋਂ ਤਾਂ ਇਹ ਹੀ ਸੀ ਵੀ ਇੱਕ ਜਦਾਂ ਕਹਿੰਦੇ ਵਿੱਲੇ ਬੈਠੇ ਕਬੱਡੀ ਖੇਡ ਲੋ ਹਾਂਜੀ ਹਾਂਜੀ ਬਿਲਕੁਲ ਜੀ ਸੋ ਇੰਗਲੈਂਡ ਦੇ ਵਿੱਚ ਜਾ ਕੇ ਤੁਸੀਂ ਕਿਸ ਤਰ੍ਹਾਂ ਮਤਲਬ ਕਿ ਤੁਹਾਡਾ ਸਵਾਭ ਬਣਿਆ ਕਿ ਤੁਸੀਂ ਉੱਥੇ ਜਾ ਕੇ ਕਬੱਡੀ ਨੂੰ ਪ੍ਰੋਮੋਟ ਕਰਨ ਲੱਗੇ ਤੇ ਟੀਮ ਸਪான்ਸਰ ਕੀਤੀ ਬਰਮਿੰਗਮ ਦੀ ਕਿਸ ਤਰ੍ਹਾਂ ਹੋਣ ਦੇ ਵਿੱਚ ਇਹਦੇ ਵਿੱਚ ਪਹਿਲਾਂ ਮੇਰੇ ਦੋਸਤ ਸੀਗੇ ਤੇ ਉਹਨਾਂ ਨੇ 1 ਸਾਲ ਉਨੀ ਟੀਮ ਬਣਾਈ ਦੋ ਜਾਣਿਆਂ ਤੇ ਫਿਰ ਦੂਜੇ ਸਾਲ ਮੈਂ ਵੀ ਚੌਕ ਸੁਗਾਵੇ ਚਲੋ ਸਪੋਰਟ ਕਰੀਏ ਜੀ ਤੇ ਦੋ ਸਾਲ ਫੇ ਅਸੀਂ ਲਗਾਤਾਰ ਟੀਮ ਬਣਾਈ ਕਿਹੜੇ ਸਾਲ ਦੇ ਵਿੱਚ ਹੀ ਸਾਲ ਹੁਣ ਚੇਤੇ ਨਹੀਂ ਹੈਗੇ ਇੰਨੇ ਜੀ ਚਲੋ ਉਸ ਤੋਂ ਬਾਅਦ ਸਾਡੇ ਬਰਮੀਓਂ ਦਾ ਕਬੱਡੀ ਪਲੇਅਰ ਸਗਾ ਹੈਗਾ ਮੀਤ ਜੱਜਿਆਂ ਦਾ ਤੇ ਉਹਨੇ ਫਿਰ ਕਿਹਾ ਵੀ ਇਦਾਂ ਕਰੋ ਤੁਸੀਂ ਜਿਹੜੀ ਕਲੱਬ ਬਣਾਓ ਹੂੰ ਤੇ ਸਾਡੀ ਬਰਮਾਂ ਸਪੋਰਟਸ ਕਲੱਬ ਬਣ ਗਈ ਜੀ ਉਹ ਤੇ ਫਿਰ 20 ਸਾਲ ਲਗਾਤਾਰ ਸਾਡੇ ਟੀਮਾਂ ਬਣਦੀਆਂ ਰਹੀਆਂ ਹੂੰ ਜਿਹਦੇ ਵਿੱਚ ਸਾਰੇ ਪਲੇਅਰ ਵੀ ਖੇលਦੇ ਰਹੇ ਆ ਕੋਈ ਪਲੇਅਰ ਹੋਊਗਾ ਜਿਹੜਾ ਨਹੀਂ ਸਾਡੀ ਟੀਮ ਲਈ ਖੇលਿਆ ਹੋਊਗਾ ਜੀ ਤੇ ਕਿਹੜੇ ਕਿਹੜੇ ਖਿਡਾਰੀ ਆਪਾਂ ਗੱਲ ਕਰੀਏ ਤਾਂ ਤੁਸੀਂ ਉੱਥੇ ਲਿਜਾ ਚੁੱਕੇ ਹੁਣ ਤੱਕ ਖਿਡਾਰੀ ਤਾਂ ਜੇ ਕਾਊਂਟ ਕਰੀਏ ਤਾਂ ਹੁਣ ਕਦੇ ਨਹੀਂ ਸਕਦੇ ਨਾ ਇੰਨਾ ਯਾਦ ਰੱਖਿਆ ਹਾਂ ਜਿੰਨੇ ਵੀ ਪਲੇਅਰ ਮੇਰਾ ਖਿਆਲ ਹੈ ਕਿ ਜੇ ਸੋਚੋ ਤੁਸੀਂ ਕੋ 5% ਨਾ ਸਾਡੇ ਲਈ ਖੇਲੋਗੇ ਨਹੀਂ ਤਾਂ ਸਾਰੇ ਕੋਈ ਕਦੇ ਖੇਲ ਗਿਆ ਕੋਈ ਕਦੇ ਖੇਲ ਗਿਆ ਜੀ ਸਾਰੇ ਖੇਲੇ ਆ ਤੇ ਇੱਕ ਜੋ ਕੀ ਹੈਗਾ ਮੇਰੇ ਸੰਧਵਾ ਵਾਲਾ ਨੇਕੀ ਉਹ ਸਾਡੇ ਲਈ 18 ਸਾਲ ਲਗਾਤਾਰ ਖੇលਿਆ ਜੀ ਬਾਕੀ ਵੀ ਪਲੇਅਰ ਬਹੁਤ ਕੋਈ 5 ਸਾਲ ਖੇਲਿਆ ਕੋਈ ਸਾਲ ਖੇਲਿਆ ਕੋਈ 2 ਸਾਲ ਖੇਲਿਆ ਹਾਂ ਜੀ ਤੇ ਚੰਗੇ ਪਲੇਅਰ ਖੇਲਦੇ ਰਹੇਗਾ ਜੀ 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 ਸੁਖਵਿੰਦਰ ਸਿੰਘ ਨੇਕੀ ਜੀ ਤੁਹਾਡੇ ਲਈ ਲਗਾਤਾਰ 18 ਸਾਲ ਕੀਤੀ। ਹਾਂ ਬਾਜੀ ਬਾ। ਕੀ ਬਾਤ ਹੈ ਜੀ? ਤੇ ਅਸੀਂ ਉਹਦਾ ਸਮਾਨਤ ਵੀ 골ਡ ਨਾ ਕੀਤਾ। ਤੇ ਆਪਾਂ ਗੱਲ ਕਰੀਏ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਇੰਗਲੈਂਡ ਦੇ ਵਿੱਚ ਮੈਚ ਨਹੀਂ ਹੋ ਰਹੇ। ਸੋ ਪਿਛਲੇ ਸਮੇਂ ਦੇ ਵਿੱਚ ਤਾਂ ਆਪਾਂ ਗੱਲ ਕਰੀਏ ਤਾਂ ਕਰੋਨਾ ਕਰਕੇ ਮਲ ਕੇ ਨਹੀਂ ਟੀਮਾਂ ਜਾ ਸਕੀਆਂ ਕਿਉਂਕਿ ਕਰੋਨਾ ਦੀ ਘਪੜੀ ਬਿਮਾਰੀ ਨੇ ਸਾਰੇ ਸੰਸਾਰ ਨੂੰ ਹੀ ਆਪਣੀ ਜਕੜ ਦੇ ਵਿੱਚ ਲਿਆ। ਸੋ ਅਗਲੇ ਸਮੇਂ ਦਾ ਜਿਹੜਾ ਕੀ ਪਲਾਨ ਹੈ ਜੀ ਦੇਖੋ ਅਗਲੇ ਸਮੇਂ ਦਾ ਜਿਹੜਾ ਕਿ ਪਹਿਲਾਂ ਸਾਡੇ ਪ੍ਰੋਬਲਮ ਆ ਗਈਆਂ ਕਿ ਉੱਥੇ ਫੈਡਰੇਸ਼ਨ ਦੋ ਬਣ ਗਈਆਂ ਉਹਦਾ ਕਾਰਨ ਵੀ ਹੋਇਆ ਕਿ ਵਰ ਪਰਮਨਟਨ ਨਹੀਂ ਸੀ ਮਿਲ ਰਹੀਆਂ ਜੀ ਫਿਰ ਇਹ ਫੈਡਰੇਸ਼ਨ ਆ ਪਿਛਲੇ ਸਾਲ ਅਸੀਂ ਵੇਚੋ ਕੇ ਜਿਹਦੇ ਵਿੱਚ ਮੈਨੂੰ ਇਕੁਅਲ ਰੱਖਿਆ ਗਿਆ ਤੇ ਤੂੰ ਵੀ ਇਕੁਅਲ ਬੰਦਾ ਤੂੰ ਸਹੀ ਗੱਲ ਕਰ ਸਕਦਾ ਤਾਂ ਇਹਨਾਂ ਇਕੱਠੇ ਕਰੀਏ ਉਹਦੇ ਵਿੱਚ ਅਸੀਂ ਇਕੱਠੇ ਕੀਤੇ ਜੀ ਉਹਦੇ ਵਿੱਚ ਮੇਰੇ ਨਾਲ ਮੋਨਾ ਕਾਲਾ ਤੇ ਅਸਤਰ ਜੀ ਕਬੱਡੀ ਪਲੇਅ ਤੇ ਕੁਦਦਾ ਅਸੀਂ ਚੋਹ ਜਾਣਿਆਂ ਨੂੰ ਇਕੱਠੇ ਕਰਕੇ ਇਹਨਾਂ ਨੂੰ ਇਕੱਠੇ ਕੀਤਾ ਫਿਰ ਉਹਦੇ ਕਰਕੇ ਫਿਰ ਸਾਨੂੰ ਵਰਕ ਪਰਮਿਟਾਂ ਸਾਰੀਆਂ ਕਲੱਬਾਂ ਨੂੰ ਹੁਣ ਮਿਲ ਗਈਆਂ ਜਿੰਨੀਆਂ ਵੀ ਅਪਲਾਈ ਕੀਤੀਆਂ ਜੀ ਜੀ ਤੇ ਹੁਣ ਇਹ ਆ ਵੀ ਕਰੋਨਾ ਦੇ ਕਰਕੇ ਬੜੀ ਪ੍ਰੋਬਲਮ ਆਊਗੀ ਨਹੀਂ ਤਾਂ ਅਸੀਂ ਤਾਂ ਤਿਆਰ ਆ ਵੀ ਮੈਚ ਹੋਣਗੇ ਜੀ ਜੀ ਸੋ ਜੋ ਕਬੱਡੀ ਦੇ ਵਿੱਚ ਚੱਲ ਰਿਹਾ ਹੈ ਤੇ ਉਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਕੋਈ ਕਿਸੇ ਨੂੰ ਤੇ ਕੋਈ ਕਿਸੇ ਨੂੰ ਜ਼ਿੰਮੇਵਾਰ ਤੈਹਰਾਉਂਦਾ ਤੁਹਾਡੇ ਮੁਤਾਬਕ ਇਹਦਾ ਜ਼ਿੰਮੇਵਾਰ ਕੌਣ ਹੈ ਜੀ ਦੇਖੋ ਜ਼ਿੰਮੇਵਾਰ ਜੇ ਸਹੀ ਪੁੱਛਿਆ ਜਾਵੇ ਤਾਂ ਅਸੀਂ ਆਪਣੇ ਆਪ ਲਈ ਹਾਂ ਜੀ ਕਿਉਂਕਿ ਅਸੀਂ ਦੂਜੇ 'ਚ ਨੁਕਸ ਕੱਢ ਰਹੇ ਹਾਂ ਆਪਣੇ ਨੁਕਸ ਨਹੀਂ ਸੁਧਾਰ ਰਹੇ ਜੀ ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਵੀ ਅਗਲਾ ਵੀ ਆਪਣੇ ਨੂੰ ਸੁਧਾਰ ਲਈਏ ਸਭ ਕੁਝ ਸਿੱਧਰ ਜਾਂਦਾ ਹਾਂਜੀ ਪਰ ਸਾਡੀ ਹੁਣ ਜਾਂ ਸੋਚ ਲਾ ਲਓ ਕਿੱਦਾਂ ਦੀ ਆ ਕਿ ਅਸੀਂ ਕਹਿੰਦੇ ਦੂਜੇ ਨੂੰ ਸੁਧਾਰਨਾ ਆਪਣੇ ਆਪ ਨੂੰ ਨਹੀਂ ਸੁਧਾਰਨਾ ਹਾਂਜੀ ਕੀ ਸਾਡੀਆਂ ਪ੍ਰੋਬਲਮਾਂ ਜ਼ਰੂਰ ਹੈਗੀਆਂ ਜੀ ਜੀ ਤੇ ਇਹਦੇ ਕਰਕੇ ਕਾਫੀ ਪ੍ਰੋਬਲਮਾਂ ਆ ਰਹੀਆਂ ਹਾਂ ਹਾਂਜੀ ਹਾਂਜੀ ਬਾਕੀ ਜੋ ਡਰੱਗ ਬਾਰੇ ਗੱਲ ਚੱਲਦੀ ਆ ਹਾਂਜੀ ਉਹ ਕੱਲਾ ਪਲੇਅਰਾਂ ਦਾ ਕਸੂਰ ਨਹੀਂ ਹੈਗਾ ਉਹ ਸਾਡੇ ਪ੍ਰੋਮੋਟਰਾਂ ਦਾ ਵੀ ਹੈਗਾ ਹਾਂਜੀ ਅਸੀਂ ਕੱਪ ਦੀ ਖਾਤਰ ਆਪ ਵੀ ਦੇ ਰਹੇ ਹਾਂ ਜੀ ਤੇ ਅਸੀਂ ਫੇਰ ਹੁਣ ਜਦੋਂ ਕੋਈ ਮੁੱਦਾ ਚੱਲਦਾ ਤਾਂ ਫੇਰ ਅਸੀਂ ਤਾਂ ਕਹਿੰਦੇ ਬੱਕ ਹੋ ਜਾਂਦੇ ਕਹਿੰਦੇ ਇਹਨਾਂ ਦਾ ਹੀ ਕਸੂਰ ਆ ਜੀ ਜੀ ਤੇ ਦੋਨੋਂ ਪਾਸੇ ਦਾ ਕਸੂਰ ਹੈ ਜੀ ਸੋ ਹੁਣ ਵਰਲਡ ਡਰੱਗ ਕਮੇਟੀ ਵੀ ਬਣੀ ਆਈ ਤੇ ਪਿਛੇ ਪਿਛਲੇ ਸਮੇਂ ਦੇ ਵਿੱਚ ਟੈਸਟ ਵੀ ਹੋਏ ਆ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਇਹਦੇ ਜਿਹੜੇ ਰਿਜ਼ਲਟ ਨੇ ਸਾਨੂੰ ਕਿਸ ਤਰ੍ਹਾਂ ਦਿਖਾਣਗੇ ਦੇਖੋ ਇੱਥੇ ਦੀਆਂ ਜਿਹੜੀਆਂ ਦੋ ਹੀ ਫੈਡਰੇਸ਼ਨਾਂ ਸਾਡੀ ਫਲੋਰ ਮੀਟਿੰਗ ਹੋਈ ਸੀ ਪਿਛਲੇ 2 ਸਾਲ ਹੋ ਗਏ ਜੀ ਉੱਥੇ ਇਹਨਾਂ ਨੇ ਵੀ ਸਹਿਯੋਗ ਕਿਹਾ ਸੀ ਦੇਵਾਂਗੇ ਅਸੀਂ ਵੀ ਕਿਹਾ ਸਹਿਯੋਗ ਦੇਵਾਂਗੇ ਸਹਿਯੋਗ ਅਮਰੀਕਾ ਕੈਨੇਡਾ ਵਰਲਡ ਜੋ ਵੀ ਹੈਗੇ ਆ ਸਾਡੇ ਦੇਣ ਨੂੰ ਤਿਆਰ ਆ ਹਾਂਜੀ ਪਰ ਇਹਦੇ ਵਿੱਚ ਹੁਣ ਦੇਖੋ ਅਸੀਂ 100% ਨਹੀਂ ਕਹਿ ਸਕਦੇ ਵਿੱਚ ਕਈ ਕੁਝ ਕੁਝ ਬੰਦੇ ਗਲਤ ਵੀ ਹੋ ਸਕਦੇ ਆ ਹਾਂਜੀ ਇਹਦੇ ਕਰਕੇ ਸਾਡੀਆਂ ਪ੍ਰੋਬਲਮ ਹਜੇ ਵੀ ਹੈਗੀ ਹਾਂਜੀ ਤੇ ਇਹ ਹੱਲ ਹੋਣੀ ਆ ਸਾਰੇ ਏਕਤਾ ਨਾਲ ਹੀ ਹੋ ਸਕਦੀ ਆ ਕਿ ਸਾਰੇ ਪਿਆਰ ਨਾਲ ਕਰਨ ਕਿ ਉਹ ਇੱਕ ਦੂਜੇ 'ਚ ਨੁਕਸਾਨ ਨਾ ਕੱਢਣ ਠੀਕ ਆ ਤੇ ਉਹਦੇ ਵਿੱਚ ਲਿਹਾਜ਼ ਵੀ ਕੋਈ ਨਹੀਂ ਕੀਤੀ ਜਾਵੇ ਫੇਰ ਹੋ ਸਕਦਾ ਜੀ ਜੀ ਐ ਸੋ ਕੁਦੋਲਾ ਸਾਹਿਬ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੰਨਣ ਵਾਲੇ ਸੱਜਣ ਕਿਹੜੀ ਆ ਜੀ ਸਾਡੇ ਜੋ ਕਲੱਬ ਮੈਂਬਰਸ ਹੈ ਉਹ ਮੇਰੇ 8 ਹੈ ਜਿਹੜੇ ਕਿ ਮੁੰਡੇ ਨਾ ਮੁੰਡਾ ਲਾ ਕੇ ਚੱਲ ਰਹੇ ਨੇ ਉਹ ਸਾਰਿਆਂ ਦਾ ਸਹਿਯੋਗ ਬਰਾਬਰ ਹੈ ਤੇ ਸਾਰੇ ਇੱਕ ਦੂਜੇ ਨਾਲ ਵੀ ਬੜੀ ਇਨਸਪੈਕਟ ਵਿੱਚ ਹੈ ਤੇ ਬਹੁਤ ਚੰਗਾ ਹੈ ਕਲੱਬ ਜੀ ਜੀ ਸੋ ਆਪਾਂ ਗੱਲ ਕਰੀਏ ਇਹ ਤਾਂ ਹੋ ਗਏ ਤੁਹਾਡੇ ਸਾਥੀ ਸੱਜਣਾ ਜਿਨ੍ਹਾਂ ਦਾ ਮਾਲਕ ਪੂਰਾ ਸਹਿਯੋਗ ਹੈ ਕਿਉਂਕਿ ਇਕੱਲੇ ਬੰਦੇ ਦੇ ਨਾਲੇ ਕੰਮ ਨਹੀਂ ਚੱਲਦੇ ਸੋ ਹੁਣ ਆਪਾਂ ਗੱਲ ਕਰੀਏ ਵੀ ਤੁਹਾਡੇ ਸਮਾਜ ਸੇਵੀ ਦੇ ਕੰਮ ਨੇ ਜਿਹੜੇ ਚੱਲ ਰਹੇ ਆ ਕਿੰਨੇ ਕ ਮਾਲਕੀ ਕਰ ਚੁੱਕੇ ਹੋ ਕਿਸ ਤਰ੍ਹਾਂ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕ ਜਿਹੜੇ ਕਰਨੇ ਆ ਚੱਲ ਰਹੇ ਆ ਕਿਉਂਕਿ ਬਹੁਤ ਵੱਡਾ ਨਾਮ ਤੁਹਾਡਾ ਇੱਕ ਸਮਾਜ ਸੇਵਾ ਦੇ ਵਿੱਚ ਵੀ ਹੋਗਾ ਇਹ ਦੇਖੋ ਇਹਦੇ ਲਈ ਚਲੋ ਜੋ ਪਰਮਾਤਮਾ ਕਰਾਉਂਦਾ ਚੰਗਾ ਹੀ ਕਰਾਉਂਦਾ ਹੈਗਾ ਹਾਂਜੀ ਜਿੰਨਾ ਵੀ ਹੋ ਸਕੇ ਕਰੀ ਜਾਇਦਾ ਹੈਗਾ ਪਰ ਹੁਣ ਬਹੁਤਾ ਵੀ ਮੈਂ ਕਹਿ ਨਹੀਂ ਸਕਦਾ ਜੀ ਸਾਡੇ ਏਰੀਆ 'ਚ ਇੱਕ ਕਾਲਜ ਬਣਿਆ ਹੈਗਾ ਮੁਕੰਦਪੁਰ ਹਾਂਜੀ ਉੱਥੇ ਕਾਲਜ ਬਹੁਤ ਦੂਰ ਦੂਰ ਸਿਗੇ ਕਿ ਜੋ ਕੋਈ ਪਿੰਡ ਦੇ ਸਾਡੇ ਲੋਕ ਆ ਉਹ ਲੜਕੀਆਂ ਨੂੰ ਦੂਰ ਨਹੀਂ ਸੀ ਭੇਜਦੇ ਇਸ ਕਰਕੇ ਉਹ ਕਾਲਜ ਬਣਾਇਆ ਗਿਆ ਜੀ ਉੱਥੇ ਸਯੋਗ ਮੇਰਾ ਜੋ ਵੀ 50 ਲੱਖ ਰੁਪਈਆ ਉਹਦੇ ਮੈਂ ٹرسٹ ਦਾ ਮੈਂਬਰ ਆ ਜੀ ਦੂਜੀ ਗੱਲ ਸਾਡੇ ਉਸ ਕਾਲਜ ਵਿੱਚ ਜਿਹੜੀ ਕੁੜੀਆਂ ਦੀ ਗਿਣਤੀ ਆ ਉਹ 1200 ਸਿਰਫ ਮੁੰਡਾ ਉੱਥੇ 200 ਹੀ ਆ ਜੀ ਸਿਰਫ ਸਾਨੂੰ ਉਹਦਾ ਇਹ ਬੜੀ ਖੁਸ਼ੀ ਹੋਈ ਕਿ ਉਹਨਾਂ ਕੁੜੀਆਂ ਨੂੰ ਪੜਨ ਦਾ ਸਾਡੇ ਬੱਚਿਆਂ ਨੂੰ ਮੌਕਾ ਮਿਲਿਆ ਹਾਂਜੀ ਹਾਂਜੀ ਤੇ ਬਾਕੀ ਇਹ ਹੈਗਾ ਸ਼ਹੀਦ 박 ਸਿੰਘ ٹرسٹ ਦਾ ਮੈਂ ਪ੍ਰਧਾਨ ਆ ਜੀ ਉੱਥੇ ਲਾਇਬ੍ਰੇਰੀ ਚੋਂ ਲਾ ਤੇ ਹੋਰ ਵੀ ਜੋ ਚਲੋ ਇਹਨਾਂ ਤਾਂ ਮੈਂ ਗਿਣਦਾ ਵੀ ਨਹੀਂ ਮੰਚ ਵੀ ਨਹੀਂ ਜਿਹੋ ਕਰਦੇ ਤਾਂ ਉਹਨੂੰ ਭੁੱਲ ਜਾਈਦਾ ਕਿ ਉਹਨੂੰ ਸਾਨ ਨਹੀਂ ਸਮਝੀਦਾ ਜੀ ਜੀ ਇਸ ਕਰਕੇ ਮੈਂ ਬਹੁਤਾ ਚੇਤਾ ਵੀ ਨਹੀਂ ਰਹਾਦਾ ਜੋ ਪਰਮਾਤਮਾ ਕਰਾਉਂਦਾ ਚੰਗਾ ਕਰਾਉਂਦਾ ਜੀ 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 ਤੇ ਮੇਰਾ ਵੀ ਧਿਆਨ ਆ ਵਾਹਿਗੁਰੂ ਕਿਸੇ ਦਾ ਮਾਰਨਾ ਨਾ ਕਰਾਵੇ ਹਾਂਜੀ ਬਿਲਕੁਲ ਜੀ ਬਿਲਕੁਲ ਸੋ ਇਹਦੇ ਵਾਸਤੇ ਤੁਹਾਨੂੰ ਜਿਹੜਾ ਪਰਿਵਾਰ ਦਾ ਸਹਿਯੋਗ ਹੈ ਉਹ ਕਿਸ ਤਰ੍ਹਾਂ ਹੈ ਜੀ ਪਰਿਵਾਰ ਦਾ ਸਹਿਯੋਗ ਅਸੀਂ ਚਾਰ ਬ੍ਰਦਰ ਉੱਥੇ ਇੰਗਲੈਂਡ ਯੂਕੇ ਸਾਡੀ ਅਸੀਂ 25 ਸਾਲ ਇਕੱਠੇ ਰਹੇ ਹਾਂ business ਕਰਦੇ ਰਹੇ ਹਾਂ ਹਾਂ ਪ੍ਰਮਾਤਮਾ ਦੀ ਬੜੀ ਮਿਹਰ ਆ ਉਸਦੇ ਆਸਰੇ ਨਾਲ ਰੋਟੀ ਮਿਲ ਜਾਂਦੀ ਆ ਜੋ ਸਾਡਾ ਮਤਲਬੰਦਨ ਹੈ ਉਹਦਾ ਜੋ ਮੈਂ 25ਵਾਂ ਹਿੱਸਾ ਕੱਢ ਕੇ ਸਮਾਗ ਕਬੱਡੀ ਲਾ ਲਓ ਹੋਰ ਵੀ ਕਿਸੇ ਪਰਸੇ ਲਾ ਲਓ ਕਿਸੇ ਨੂੰ ਪੜਾਉਣਾ ਕਿਸੇ ਦੀ ਪ੍ਰੋਬਲਮ ਆ ਉਹ ਮੈਂ ਕਰਦਾ ਕਿ ਵਾਹਿਗੁਰੂ ਕਰਾਈ ਜਾਂਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਸੋ ਇਸੇ ਤਰੀਕੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਉੱਪਰ ਤੇ ਬੇਰਖੇ ਤੇ ਤੁਹਾਡੇ ਕੰਮ ਚੱਲਦੇ ਰਹਿਣ ਜਿੱਦਾਂ ਹੀ ਤੇ ਜੋ ਫੈਮਿਲੀ ਦਾ ਉਹ ਮੇਰੇ ਵਾਈਫ ਆ ਦੋ ਮੇਰੇ ਬੱਚੇ ਆ ਉਹਨਾਂ ਨੇ ਕਦੇ ਨਹੀਂ ਕੁਛ ਕਿਹਾ ਵੇ ਤੂੰ ਕਿੱਥੇ ਖਰਚ ਲਾਇਆ ਕਿੱਥੇ ਨਹੀਂ ਦੇ ਦਿੱਤੇ ਉਹਨਾਂ ਦਾ ਬੜਾ ਸੁਯੋਗ ਆ ਖੁਸ਼ੇ ਰਹਿੰਦੇ ਆ ਕੋਈ ਇਹਦਾ ਕਹਿੰਦੇ ਨਹੀਂ ਹੈਗੇ ਕੁਛ ਜੀ ਜੀ ਤੇ ਸਾਰੇ ਇੰਗਲੈਂਡ ਸੈਟਲ ਹੋ ਗਏ ਸਾਰੇ ਇੰਗਲੈਂਡ ਚ ਆ ਜੀ ਸੋ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਕਦੋਲਾ ਸਾਹਿਬ ਸੋ ਹੁਣ ਲਾਸਟ ਦੇ ਵਿੱਚ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਹੋਰ ਤਾਂ ਕੋਈ ਕੁਝ ਨਹੀਂ ਕਹਿਣਾ ਚਾਹੁੰਦਾ ਜੋ ਪ੍ਰਮਾਤਮਾ ਚੰਗਾ ਹੀ ਕਰਾਵੇ ਮਾੜਾ ਕਿਸੇ ਦਾ ਨਾ ਕਰਾਵੇ ਮੈਂ ਇੱਚ ਖੁਸ਼ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦਾ ਜੀ ਕਿਉਂਕਿ ਜੇ ਮੈਂ ਕਿਸੇ ਦਾ ਮਾੜਾ ਕਰੂੰ ਮੈਂ ਵੀ ਨਹੀਂ ਖੁਸ਼ ਰਹਿ ਸਕਦਾ ਹਾਂਜੀ ਹਾਂਜੀ ਇਹੀ ਮੇਰਾ ਧਿਆਨ ਹੈ ਇਹੀ ਮੈਂ ਕਹਿਰੀ ਹੁਣ ਰੱਖਦਾ ਜੀ ਜੀ ਸੋ ਸਾਡੇ ਕਬੱਡੀ ਖਿਡਾਰੀਆਂ ਨੂੰ ਕਬੱਡੀ ਫੈਡਰੇਸ਼ਨ ਨੂੰ ਜੋ ਸਾਡੇ ਲੱਗੇ ਹੋਏ ਆ ਸਾਰੇ ਆਪੋ ਆਪਣਾ ਸਭ ਦਾ ਸਹਿਯੋਗ ਹੈ ਕਬੱਡੀ ਨੂੰ ਇੱਥੇ ਤੱਕ ਲਿਆਉਣ ਦਾ ਦੇਖੋ ਕਬੱਡੀ ਦਾ ਇਹੀ ਆ ਵੀ ਅਸੀਂ ਜਿੱ ਕਹਿੰਨੇ ਭਰਾਵਾਂ ਅੰਦਰ ਚੱਲੋ ਸਲਾਹ ਨਾਲ ਚੱਲੋ ਸਭ ਕੁਝ ਠੀਕ ਆ ਹਾਂਜੀ ਤੇ ਇਹਦੇ ਵਿੱਚ ਬੰਦਾ ਨਹੀਂ ਵੱਡਾ ਵੱਡੇ ਸਾਰੇ ਹੁੰਦੇ ਜੇ ਤੁਸੀਂ ਸਹਿਯੋਗ ਦਿੰਨੇ ਇੱਕ ਦੂਏ ਦਾ ਬਿਲਕੁਲ ਜੀ ਉਹ ਰਿਸਪੈਕਟਾਂ ਚਾਹੀਦੀਆਂ ਇੱਕ ਦੂਏ ਦੀਆਂ ਹਾਂਜੀ ਹਾਂਜੀ ਦੇਖੋ ਅਸੀਂ ਕਿਸੇ 'ਚ ਨੁਕਸ ਕੱਢਦੇ ਆ ਅਗਲਾ ਥੋੜਾ ਪਹਿਲੀ ਗੱਲ ਤਾਂ ਨੁਕਸ ਕੱਢਣੇ ਨਹੀਂ ਚਾਹੀਦਾ ਹਾਂਜੀ ਬਿਲਕੁਲ ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਹਾਡਾ ਧੰਨਵਾਦ ਚੈਨਲ ਦਾ ਕਿ ਜਿਨ੍ਹਾਂ ਨੇ ਮੇਰਾ ਇੰਟਰਵਿਊ ਲਿਆ ਜੀ ਕੋਸ਼ ਜੀ ਸਿੰਕਸ ਵੈਰੀ ਮਚ ਤੁਹਾਡਾ ਥੈਂਕ ਯੂ ਸਰ ਦੋਸਤੋ ਇਹ ਹਨ ਮਾਂ ਖੇਡ ਕਬੱਡੀ ਦੇ ਖੇਡ ਪ੍ਰਮੋਟਰ ਅਤੇ ਉਗੇ ਸਮਾਸੀ ਵੀ ਸਰਦਾਰ ਮੋਹਨ ਸਿੰਘ ਜੀ ਕੰਦੋਲਾ ਯੂਕੇ ਵਾਲੇ ਅੱਜ ਆਪਾਂ ਨੇ ਗੱਲਬਾਤ ਕੀਤੀ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਨਾ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਖੇਤਰ ਦੇ ਨਾਲ ਜੁੜੀ ਹੋਈ ਸ਼ਖਸੀਅਤ ਦੇ ਰੂਪ ਰੂ ਕਰਵਾਵਾਂਗੇ ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ ਧੰਨਵਾਦ